ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲੇ ਦੇ ਹਰਨਾਮ ਨਗਰ ਰਹਿਣ ਵਾਲੇ ਸਤਨਾਮ ਸਿੰਘ ਦਾ ਡੇਰਾ ਰੋਡ ਉੱਤੇ ਟਾਬਾ ਸੀ ਜਿਸ ਨੂੰ ਬੰਦ ਕਰਕੇ ਉਹ ਦੀਵਾਲੀ ਊਟੀ ਯਾਤਰਾ ਤੇ ਗਿਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਿੱਛੋਂ ਕੀ ਚੰਨ ਚੜ ਜਾਣਾ ਬਾਪ ਦੀ ਮੌਤ ਤੋਂ ਬਾਅਦ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਿਸੇ ਢਾਬੇ ਤੋਂ ਕਰ ਰਿਹਾ ਸੀ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਕਿਉਂਕਿ 1998 ਤੋਂ ਇਹਨਾਂ ਦੇ ਵੱਲੋਂ ਇਹ ਢਾਬਾ ਚਲਾਇਆ ਜਾ ਰਿਹਾ ਹੈ ਢਾਬੇ ਦੇ ਮਾਲਕ ਦੇ ਆਰੋਪ ਹਨ ਜਿਸ ਕੋਲੋਂ ਇਹਨਾਂ ਨੇ ਇਹ ਦੁਕਾਨ ਕਿਰਾਏ ਉੱਤੇ ਲਈ ਹੋਈ ਹੈ ਉਹ ਆਪ ਬਾਹਰ ਰਹਿੰਦਾ ਪਰ ਇੱਥੇ ਜਿਹੜਾ ਉਸਦਾ ਕਰਿੰਦਾ ਮਨਜੀਤ ਸਿੰਘ ਹੈ ਉਸਦੇ ਵੱਲੋਂ ਮਾਲਕ ਦੇ ਨਾਲ ਮਿਲ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕੁਝ ਸਮਾਂ ਪਹਿਲਾਂ ਢਾਬੇ ਦੀ ਪਿਛਲੀ ਕੰਧ ਢਾ ਦਿੱਤੀ ਗਈ ਸੀ ਅਤੇ ਉਲਟਾ ਸਾਡੇ ਉੱਤੇ ਚੋਰੀ ਦਾ ਪਰਚਾ ਦਰਜ ਕਰਵਾ ਦਿੱਤਾ ਸੀ ਪੁਲਿਸ ਵੱਲੋਂ ਵੀ ਸਾਡੀ ਸ਼ਿਕਾਇਤ ਉੱਤੇ ਉਸ ਵੇਲੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਦੂਜੇ ਪਾਸੇ ਪੱਤਰਕਾਰਾਂ ਨੇ ਪੁਲਿਸ ਦੇ ਨਾਲ ਸੰਪਰਕ ਕਰਨਾ ਚਾਹਿਆ ਤਾਂ ਪੁਲਿਸ ਟਾਲਮ ਟੋਲ ਕਰਦੀ ਨਜ਼ਰ ਆਈ ਅਤੇ ਕਰਨਾ ਵਾਲੀ ਜਗ੍ਹਾ ਤੋਂ ਗਾਇਬ ਹੋ ਗਈ ਜਦ ਸੰਪਰਕ ਕੀਤਾ ਤਾਂ ਉਹ ਇੱਕੋ ਜਵਾਬ ਅਤੇ ਜਦ ਸੰਪਰਕ ਕੀਤਾ ਤਾਂ ਇੱਕੋ ਜਵਾਬ ਦੇ ਰਹੇ ਸਨ ਕਿ ਉਹ ਜਾਂਚ ਕਰ ਰਹੇ ਨੇ ਜਾਂਚ ਦਾ ਵਿਸ਼ਾ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਬਣਦੀ ਕਾਰਵਾਈ ਕੀਤੀ ਜਾਵੇਗੀ ਸਤਨਾਮ ਸਿੰਘ ਸਨੀ ਸਾਨੂੰ ਸੋਹਣ ਸਿੰਘ ਵਾਸੀ ਨਿਊ ਹਰਮਾਨ ਨਗਰ ਮੱਖੇਵਾਲ ਨੇ ਕੰਪਲੇਂਟ ਕੀਤੀ ਆ ਇਹਨਾਂ ਦਾ ਡਿਸਪਿਊਟ ਚੱਲਦਾ ਕੋਈ ਮਨਜੀਤ ਸਿੰਘ ਨਾਲ ਦੁਕਾਨਾਂ ਦਾ ਉਹਦੇ ਸੰਬੰਧ 'ਚ ਕੰਪਲੇਂਟ ਕੀਤੀ ਸੀ ਮੌਕਾ ਜਾ ਕੇ ਵੇਖਿਆ ਵਾ ਅਜੇ ਇਨਵੈਸਟੀਗੇਸ਼ਨ ਦਾ ਪੱਖ ਵਾ ਦੂਸਰੀ ਪਾਰਟੀ ਘਰ ਨਹੀਂ ਮਿਲੀ ਕੋਈ ਲੇਡੀਜ਼ ਉਹਨਾਂ ਦੇ ਘਰ ਆਈਆਂ ਇਨਵੈਸਟੀਗੇਸ਼ਨ ਤੋਂ ਬਾਅਦ ਅਗਲੀ ਹਾਂਜੀ ਭੱਜਣ ਦੀ ਵੀ ਗੱਲ ਕਹੀ ਮੈਂ ਦਰਖਾਸਤ ਦੀ ਇਨਵੈਸਟੀਗੇਸ਼ਨ ਕਰਨ ਵਾਸਤੇ ਗਿਆ ਵਾਂ ਉੱਥੇ ਜਾ ਕੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਇਨਫੋਰਮ ਕਰਨ ਲੇਡੀਜ਼ ਉਹਨਾਂ ਦੱਸਿਆ ਨਹੀਂ ਕੋਈ ਨੰਬਰ ਨਾਂ ਨੰਬਰ ਕੋਈ ਨਹੀਂ ਮਿਲਿਆ ਅਜੇ ਇਨਵੈਸਟੀਗੇਸ਼ਨ ਦਾ ਪੱਖਾ ਪੱਖਣ ਭੱਜਣ ਦੀ ਕੋਈ ਗੱਲ ਨਹੀਂ ਗਈ ਹੋਈ ਮੈਂ ਬਾਹਰ ਖੜ੍ਹੇ ਹੁੰਦੀ ਹੋਰ ਕਿਹਾ ਮੈਂ ਆਪਣੇ ਪੱਖੇ ਤੁਸੀਂ ਇਹ ਗੱਲ ਕਹੀ ਆ ਵੀ ਲੇਡੀ ਮੈਂ ਲੇਡੀ ਦੇ ਘਰ ਆਦਮੀ ਕੋਈ ਘਰ ਮਿਲਿਆ ਕਿ ਨਹੀਂ ਮਿਲਿਆ ਮੈਨੂੰ ਜਦੋਂ ਕੰਪਲੇਂਟ ਆਈ ਆ ਮੈਂ ਉਸੇ ਵੇਲੇ ਮੁਲਾਜ਼ਮ ਲੈ ਕੇ ਸਰਕਾਰੀ ਗੱਡੀ ਲੈ ਕੇ ਮੌਕੇ 'ਤੇ ਗਿਆ ਵਾਂ ਇਨਵੈਸਟੀਗੇਸ਼ਨ ਦਾ ਪੱਖਾ ਜੇ ਕੋਈ ਕਲੀਅਰ ਹੋਊ ਤਾਂ ਬਿਲਕੁਲ ਤੁਹਾਨੂੰ ਦੱਸਿਆ ਜਾਊਗਾ ਬਿਲਕੁਲ ਆਪਣਾ ਢਾਬੇ ਦਾ ਕੰਮ ਆ ਅਸੀਂ ਰੋਜ਼ੀ ਰੋਟੀ ਇੱਥੋਂ ਕਮਾਉਂਦੇ ਹਾਂ ਠੀਕ ਹੈ ਸਰ ਸਾਡਾ ਇਹਨਾਂ ਨੇ ਚੱਲਣ ਡਿਆ ਕੋਰਟ ਕੇਸ ਚੱਲਣ ਡਿਆ ਸਾਨੂੰ ਸਟੇ ਮਿਲਿਆ ਬਿਕਰਮਜੀਤ ਦੀ ਕੋਰਟ 'ਚ ਕੇਸ ਚੱਲਣ ਡਿਆ ਵਾ ਕੰਟੈਂਪਟ ਦਾ ਕੇਸ ਕੋਰਟ ਦਾ ਸਟੇ ਮੈਨੂੰ ਮਿਲਿਆ ਵਾ ਡੀਸੀ ਦਫ਼ਤਰ ਦੀ ਤਰੀਕ ਪੈਣ ਡੀ ਆ ਉਹਦਾ ਵੀ ਸਟੇ ਮੈਨੂੰ ਕੰਫਰਟੇਬਲ 100% ਮਿਲ ਹੀ ਗਿਆ ਵਾ ਸਰ ਅਸੀਂ 2-3 ਦਿਨ ਵਾਸਤੇ ਯਾਤਰਾ 'ਤੇ ਗਏ ਹਾਂ ਬੱਚਿਆਂ ਨੂੰ ਨਾਲ ਲੈ ਕੇ ਸਰ ਦਿਵਾਲੀ ਵਾਲੇ ਦਿਨ ਦੇ ਸਾਰੇ ਨਾਲ ਮਗਰੋਂ ਕੰਧ ਢਾਤੀ ਹੈ ਸਰ ਕੁਛ ਕੋਈ 6 ਮਹੀਨੇ ਹੋ ਗਿਆ ਪਹਿਲਾਂ ਮੇਰੀ ਉਹ ਬੈਕ ਸਾਈਡ ਦੀ ਕੰਧ ਢਾਈ ਆ ਉੱਥੇ ਸਰ ਮੈਂ ਟੀਨਾ ਕਵਰ ਕੀਤੀਆਂ ਵਾ ਸਰ ਇਹਦਾ ਮੈਨੂੰ ਇਨਸਾਫ ਚਾਹੀਦਾ ਪੂਰਾ ਮੇਰਾ ਇੱਕ ਸਿਲੰਡਰ ਵੱਡਾ 2 ਛੋਟੇ ਚੋਰੀ ਹੋਈ ਆ ਮੇਰੀ ਤੋੜ ਭੰਨ ਸਾਰੀ ਸਭ ਟੋਟਲੀ ਹੋਈ ਹੈ ਸਰ ਇੱਥੇ ਸਿਰਫ ਮਨਜੀਤ ਸਿੰਘ ਉਹ ਮਿਸਤਰੀ ਆ ਸਰ ਉਹੀ ਇਹੀ ਨਿੱਕੀਆਂ ਨਿੱਕੀਆਂ ਘੁੰਡੀਆਂ ਉਹਨੂੰ ਪਤਾ ਆ ਮਗਰੋਂ ਸਪੋਰਟ ਦੇਣ ਵਾਲੇ ਹੈਗੇ ਆ ਉਹਦੇ ਮਗਰ ਠੀਕ ਆ ਜੀ ਜਿਹੜਾ ਮੌਕੇ 'ਤੇ ਅਸੀਂ ਉਹਦਾ ਤਾਂ ਨਾਂ ਲਿਆ ਤਾ ਵਾ ਬਾਕੀ ਸਾਨੂੰ ਜਿਹੜਾ ਮੌਕੇ 'ਤੇ ਹੈਗਾ ਫਿਰ ਅਸੀਂ ਦੱਸਾਂਗੇ ਵੀ ਆਹ ਗੱਲਬਾਤ ਆ ਸਾਡੇ ਨਾਲ ਦੁਕਾਨ ਰੈਂਟ 'ਤੇ ਆ ਸਰ 1998 ਤੋਂ ਪਹਿਲਾਂ ਫਾਦਰ ਸਾਹਿਬ ਕਰਦੇ ਸੀ ਫਾਦਰ ਸਾਹਿਬ ਦੀ ਡੈਥ ਹੋਈ ਨਹੀਂ 4 ਕੁ ਮਹੀਨੇ ਹੋ ਗਏ ਆ ਸਰ ਸਰ ਫਾਦਰ ਸਾਹਿਬ ਦੇ ਹੁੰਦਿਆਂ ਵੀ ਪਹਿਲਾਂ ਵੀ ਉਹ ਬੈਕ ਸਾਈਡ ਮੇਰੀ ਕੰਧ ਢਾਈ ਹੈ ਸਰ ਲੋਕਡਾਊਨ ਦੇ ਵਿੱਚ ਸਟੇ ਮਿਲਿਆ ਸੀ ਮੈਨੂੰ ਉਹਨਾਂ ਸਰ ਕੇ ਕਾਸਤਾ ਨਹੀਂ ਕਰਕੇ ਉਹ ਵੀ ਕੰਧ ਢਾਈ ਹੈ ਮੇਰੀ ਉਹਨਾਂ ਮੇਰੇ ਤੇ ਉੱਤੇ 279 ਦਾ ਪਰਚਾ ਘਟਾਇਆ 379 ਦਾ ਚੋਰੀ ਦਾ ਪਰਚਾ ਦੋਵਾਂ ਭਰਾਵਾਂ 'ਤੇ ਘਟਾਇਆ ਉਹ ਵੀ ਬੇਨਜਾਇਜ਼ ਕਰਵਾਇਆ ਸਰ ਉਹ ਪਤਾ ਨਹੀਂ ਹੁਣ ਪੋਲੀਟੀਕਲ ਜ਼ੋਰ ਪਿਆ ਪੈਸੇ ਦੇ ਕੇ ਕਰਾਇਆ ਇਹ ਨਹੀਂ ਸਰ ਮੈਨੂੰ ਪਤਾ ਕੀ ਕੀਤਾ ਇਹਨਾਂ 1998 'ਚ ਦੁਕਾਨ ਸਰ ਅਸੀਂ ਫਾਦਰ ਸਾਹਿਬ ਆਪਣੇ ਕਰਦੇ ਅਤੇ ਫਾਦਰ ਸਾਹਿਬ ਦੇ 4 ਕੁ ਮਹੀਨੇ ਹੋ ਗਏ ਦਰਥ ਹੋ ਗਈ ਅਤੇ ਹੁਣ ਅਸੀਂ ਦੋਵੇਂ ਭਰਾ ਆਪਣੇ ਕਰ ਹੋਟਲ ਢਾਬੇ ਦਾ ਕੰਮ ਜੀ ਸਰ ਆਪਣਾ ਅਤੇ ਅਸੀਂ ਰੋਟੀ ਪਾਣੀ ਇੱਥੋਂ ਹੀ ਆਪਣਾ ਖਾਈਦਾ ਗੱਲ ਇਹ ਕਿ ਅਸੀਂ 2-4 ਦਿਨ ਲਈ ਦਿਵਾਲੀ ਵਾਲੇ ਦਿਨ ਯਾਤਰਾ 'ਤੇ ਗਏ ਹਾਂ ਅਤੇ ਹੁਣ ਦੁਕਾਨ 'ਤੇ ਆਏ ਅਤੇ ਕੰਧ ਅੰਦਰ ਢੱਠੀ ਪਈ ਸਾਨੂੰ ਇਨਸਾਫ਼ ਚਾਹੀਦਾ ਸਾਨੂੰ ਕੱਖ ਨਹੀਂ ਚਾਹੀਦਾ ਆਵਾਜ਼ੀ ਕੰਮ ਟੀਵੀ ਲਈ ਗੁਰਦਾਸਪੁਰ ਤੋਂ ਲੱਕੀ ਬਟਾਲਾ ਦੀ ਰਿਪੋਰਟ